ਕੋਝ ਕੋ ਇਹ ਹਾਲਾਤੇ ਕਹੀ ਦੀ ਕਿ ਆਪਣੇ ਪਸੀਨੇ ਚ ਬੁਝਾ ਖੜੇ ਅਮਾ ਆਇਸ਼ਾ ਹਜ਼ੂਰ ਸਰ ਫਰਮਾਏ ਹਸ਼ਰਾ ਜੀ ਮਾਰ ਸਾਰੇ ਨੰਗੇ ਹੋ ਸਰ ਅਮਾ ਆਇਸ਼ਾ ਫਰਮਾਏ ਸਰਕਾਰ ਮਰਦ ਵੀ ਔਰਤਾਂ ਵੀ ਉਤਾਈ ਕਹਾ ਉਤਾਈ ਹਜ਼ੂਰ ਇਹ ਤੇ ਪਰਦੇ ਵਾਲਾ ਮਸਲਾ ਹੈ ਮਰਦ ਔਰਤਾਂ ਦੀ ਤਰਫ ਨਾ ਜਾਂਕਸਣ ਔਰਤਾਂ ਮਰਦਾਂ ਦੀ ਤਰਫ ਨਾ ਦੇਖਸਣ ਸਰਕਾਰ ਅਸਸਨ ਫਰਮਾਏ ਆਇਸ਼ਾ ਅੱਲਾ ਉਂ ਵੇਲੇ ਇਤਨੀ ਜਲਾਲਤ ਤੇ ਚੋਸੀ ਕਹੀ ਦੀ ਅੱਖ ਉਠ ਸੀ ਸਹੀ ਕੰਨ ਦੀ ਜੁਰਤ ਹੋਸੀ ਕਿ ਅੱਖ ਫੇਰ ਸਕੋ ਅੱਲਾਹ ਸੁਭਾਨ ਅੱਲਾਹ ਸੁਭਾਨ ਇਹ ਉਹ ਨਹੀਂ ਰੇ ਜਿਹੜੀ ਜਮਹਾਰ ਹਾਲੀ ਹਸ਼ਰ ਚ ਨੇ ਕਦਮ ਰਖਣੇ ਨਹੀਂ ਜੀ ਹਸ਼ਰ ਚ ਕਦਮ ਹੀ ਨਾ ਰਖਾਓ ਪਹਿਲੇ ਜੰਨਤ ਕੀ ਦੀ ਬਣੋ ਸੁਭਾਨ ਅੱਲਾਹ ਸੁਭਾਨ ਅੱਲਾਹ ਉਹ ਅਮਲ ਦੱਸੇ ਦਾ ਪਿਆ ਕਿਹੜਾ ਅਮਲ ਉਹ ਅਮਲ ਦੱਸਣ ਲਗਾ ਕਿ ਜਿਹੜਾ ਹਸ਼ਰ ਤੱਕ ਕਬਰੇ ਚ ਉਠਾਓ ਸਿੱਧੇ ਜੰਨਤ ਸੁਭਾਨ ਅੱਲਾਹ ਪੁੱਛੋ ਹਜ਼ੂਰ ਕਿਹੜਾ आफर मैं सत्तर हजार लोग बगैर किताब जन्नत हजूरों केड़े लोग मैं ना ये वो लोग होसन वही तो जो अल्लाह ते भरोसा करे सन मेरा अल्लाह मेरे वास्ते जो करेंगे बेहतर मेरे अल्लाह ने जो मेरे सोचे बेहतर है मेरे अल्लाह ने जितना मैं कुरेज करते मेरे बेहतर है ਮੇਰੇ ਅੱਲਾ ਨੇ ਮੈਨੂੰ ਜਿਹੜੇ ਹਾਲ 'ਚ ਰੱਖੇ ਉਹ ਮੇਰੇ ਵਾਸਤੇ ਠੀਕ ਅੱਲਾ ਨੇ ਮੈਨੂੰ ਜਿੰਨੀ ਔਲਾਦ ਦਿੱਤੀ ਮੇਰੇ ਵਾਸਤੇ ਠੀਕ ਅੱਲਾ ਨੇ ਮੇਰੇ ਵਾਸਤੇ ਜੋ ਕੀਤਾ ਮੇਰੇ ਵਾਸਤੇ ਠੀਕ ਹੈ ਅੱਲਾ ਦੇ ਉੱਤੇ ਗਾਲਹੀ ਨਾ ਕਰੇ ਸਨ ਬਲਕੇ ਅੱਲਾਹ ਨੇ ਜਿਹੜੇ ਹਾਲ ਚ ਰੱਖੇ ਅੱਲਾਹ ਤੇ ਭਰੋਸਾ ਕਰਕੇ ਜ਼ਿੰਦਗੀ ਗੁਜ਼ਰੇ ਸਨ ਤੇ ਫੂਕੇ ਤੇ ਫਾਕੇ ਦੇ ਪਿੱਛੋਂ ਨਾ ਬਚਸਨ ਬਲਕੇ ਹਰ ਡੂ ਨੰਬਰ ਦੇ ਪਿੱਛੋਂ ਬਣ ਕੇ ਆਪਣੇ ਰੱਬ ਕੋ ਨਾਰਾਜ਼ ਹਜ਼ੂਰ ਮੈਂ ਤਾਂ ਕੋ ਮਨਾ ਕੀਤੇ ਮੇਰੀ ਇਹ ਮિજાਜ ਨਹੀਂ ਅਸੋ ਅੱਤ ਅੱਲਾਹ ਦਾ ਤੋ ਨਾਰਾਜ਼ ਵੀ ਥੀ ਪੁੰਦੇ ਨਾ ਇਹ ਵੀ ਸਾਡਾ ਮਸਲਾ ਹੁੰਦੇ ਜਜ਼ਾਕੱਲਾ ਅੱਲਾਹਤਾ ਕੋ ਇਸਤਾਨ ਅੱਲਾਹ ਤੁਹਾਡੇ ਰਿਜ਼ਕ ਦੇ ਚ ਮਾਲ ਦੇ ਹਰ ਸ਼ੈ ਚ ਬਰਕਤ ਪਾਵੇ ਜਨਾਬ ਜਜ਼ਾਕੱਲਾ ਤਸ਼ਰੀਫ ਰਕਸ ਮੈਂ ਉਹਤੇ ਪੈਸੇ ਕਹੇ ਨਹੀਂ ਸਟਵੈਂਦਾ ਹੁੰਦਾ ਮੇਰੀ ਮਜਬੂਰੀ ਕਿਉਂਕਿ ਮੇਦੀ ਗੁਫਤਗੋ ਹੁੰਦੀ ਹੈ ਕਿਆਮਤ ਹਸ਼ਰ ਇਹਨਾਂ ਤਾਮੀਰੀ ਗੁਫਤਗੋ ਹੁੰਦੀ ਬਤ ਉਹਦੇ ਉਤੇ ਜਿਹਲੇ ਪੈਸੇ ਸਟੋ ਤਾਂ ਮਜ਼ਾ ਨਹੀਂ ਆਂਦਾ ਖਿਦਮਤ ਬੋ ਸਵਾਬ ਹੈ ਇਹਦੇ ਚ ਕੋਈ ਹਰਜ ਨਹੀਂ ਲੇਕਿਨ ਉਹਦੇ ਕੋਲੋਂ ਬਾਵਜੂਦ ਚੰਗਾ ਨਹੀਂ ਲੱਗਦਾ ਬੰਦਾ ਬੰਦਾ ਚੰਗਾ ਨਹੀਂ ਲੱਗਦਾ ਸੱ Allah ਤਾ ਕੋਈ ਇਸਤਾ ਦੇਵੇ ਅੱਲਾ ਬਰਕਤਾਂ ਦੇ ਮੈਂ ਸਾਥੇ ਕੋਈ ਗੱਲ ਆਦਾ ਹੋਣਾ ਅਗਰ ਅਸਾ ਮੇਰਾ ਬਾਹਰ ਨਿਕਲਣਾ ਬਾਹਰ ਆਉਣਾ ਕੋਈ ਕਾਰੋਬਾਰ ਨਹੀਂ ਜਾਂ ਮੈਂ ਕੋਈ ਇਹ ਸਮਝਾਂ ਕਿ ਉੱਥਾ ਮੇਰੇ ਕੋਲ ਕੋਈ ਆਂਦਾ ਨਹੀਂ ਤੇ ਮੈਂ ਇਸ ਵਾਸਤੇ ਦਰ 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 ਫਿਰਨ ਦਾ ਇੱਕ ਮਕਸਦ ਹੈ ਜਿਹੜਾ ਤੁਹਾਡੇ ਕੋਲ ਰੱਖਦੇ ਬੈਠੇ ਇੱਕ ਇੱਕ ਜਗ੍ਹਾ ਤੇ ਵੰਨਣ ਦਾ ਇੱਕ ਮਕਸਦ ਹੈ ਯਾ ਅੱਲਾ ਇਹ ਸਾਡੀ ਇਬਾਦਤ ਹੈ ਤੇਰੀ ਮਖਲੂਕ ਕੋ ਹੱਕ ਗਾਲ ਸੱਚਣਾ ਸੱਚ ਸਮਝਾਉਣਾ ਬੇਟੀਆਂ ਭੇਣੀ ਕੋ ਹਕੀਕਤ ਤੱਕ ਦੱਸਣਾ ਤਾਂ ਕਿ ਉਹਨੇ ਕੋ ਅਮਲ ਦੀ ਦੌਲਤ ਮਿਲ ਵਣੀ ਤੇ ਸਾਰੇ ਵਾਸਤੇ ਹਸ਼ਰ ਤੇ ਕਬਰ ਤੇ ਨਿਜਾਤ ਦਾ ਜ਼ਰੀਆ ਬਣ ਵੇ ਅੱਛਾ ਮੇਰੇ ਦੋਸਤੋ ਬਜ਼ੁਰਗੋ ਹੁਣ ਇਹ ਦੱਸੋ ਮੈਂ ਕਿੱਥਾ ਆਵੇਂ ਜਿੱਥੇ ਨਾ ਤਾਰੇ ਉੱਠਣ ਦੇ ਨਾਲ ਉਹ ਮਜ਼ਮੂਨ ਮੈਂ ਦਾ ਗੁੱਤੇ ਪੀਛ ਤੇ ਕਿਤਾ ਤੁਹਾਡੀ ਹਾਜ਼ਰੀ ਦਾ ਪਤਾ ਹੀ ਲੱਗ ਵੇ ਸੀ ਪਰ ਨਾ ਮੈਂ ਤਾਂ ਕਿਥਾ ਵੀ ਸ਼ੁਰੂ ਥੀ ਵਸਾਂ ਵਾਲਾ ਪਤਾ ਹੈ ਤਾਂ ਦੱਸੋ ਜੀ ਬਸ ਅੰਜ਼ਾਕ ਅੱਲਾ ਖੈਰ ਅੱਲਾ ਤੇ ਭਰੋਸਾ ਕਰੋ ਸੀ ਠੀਕ ਹੈ ਜਦ ਅੱਲਾ ਤੇ ਭਰੋਸਾ ਕੀਤੇ ਉਹਦਾ ਦੇਖੋ ਔਲੀਆ ਅੱਲਾ ਵੀ ਜਿਹੜੇ ਆਏ ਨਾ ਸਾਡੇ ਅਬਲੀ ਉਹਨੇ ਕੋ ਖੁਦ ਆਖਰਤ ਦੀ ਬੜੀ ਫਿਕਰ ਆਈ ਅੱਜ ਕੱਲ ਪਤਾ ਹੈ ਕਿਆ ਧਨ ਤੂੰ ਮੇਰੇ ਨਾਲ ਲੱਗੇ ਨਾ ਤੂੰ ਸਿੱਧਾ ਜੰਨਤੀ ਨਮਾਜ਼ ਦੀ ਲੋੜ ਵੀ ਖਾਈ ਨਹੀਂ ਇਬਾਦਤ ਦੀ ਲੋੜ ਕਾਈ ਨਹੀਂ ਜ਼ਿਕਰ ਦੀ ਲੋੜ ਕਾਈ ਨਹੀਂ ਤੇਰੇ ਵਾਸਤੇ ਜੋ ਤਵੀਜ਼ ਖਾਸ ਰੱਖੀ ਬਿਠਾ ਤੂੰ ਇਹ ਤਵੀਜ਼ ਕੋ ਪਾਚਾ ਤੱਕ ਫੈਰ ਵੀ ਕੋਈ ਮਾਰੇ ਤਾਂ ਨਾ ਲੱਗਸੀ